ਜਿੰਨਾ ਕੋ ਜੈਡ ਪਲੱਸ ਸਕਿਉਰਟੀ ਹੈ ਨਾ ਸੰਦੀਪ ਉਹਦਾ ਜਿਹੜੇ ਦੇਸ਼ ਦੇ ਬਿਜ਼ਨਸਮੈਨ ਨੇ ਵਕੇਸ਼ ਸ਼ੋਬਾਨੀ ਉਹ ਖੁਦ ਉਹਨੂੰ ਜੈਡ ਪਲੱਸ ਸਕਿਉਰਟੀ ਦਿੱਤੀ ਹੈ ਸੈਂਟਰ ਸਰਕਾਰ ਨੇ ਉਹਦਾ ਮਹੀਨੇ ਦਾ ਦੱਸਾ ਕਿੰਨਾ ਖਰਚਾਗਾ 45 ਲੱਖ ਰੁਪਏ ਤੇ ਜਿਹੜੇ ਇੱਥੇ ਜੈਡ ਪਲੱਸ ਸਕਿਉਰਟੀਆਂ ਲਈ ਫਿਰਦੇ ਨੇ ਇੱਕ ਮਹੀਨੇ ਦਾ ਫਿਰ ਦੇਣ ਆਪਣੀ ਜੇਬ ਚੋਂ 45 ਲੱਖ ਰੁਪਈਆ ਕਿਉਂ ਦਿੱਲੀ ਦਿੱਤੀਆਂ ਕਿਉਂ ਹੋਰਾਂ ਨੂੰ ਦਿੱਤੀਆਂ ਕਿਉਂ ਕਿਸੇ ਐਮਪੀ ਨੂੰ ਦਿੱਤੀਆਂ ਕਿਉਂ ਕਿਸੇ ਬਾਹਰਲੇ ਸਟੇਟ ਦੇ ਸੀਐਮ ਨੂੰ ਦਿੱਤੀਆਂ ਜਿਹੜੇ 100 100 ਗਨਮੈਨ ਉਹਨਾਂ ਨੂੰ ਦਿੱਤੇ ਉਹ ਪੰਜਾਬ ਚ ਦੇਣੇ ਲੋਕਾਂ ਦੀਆਂ ਜਾਨ ਤੇ ਬਚ ਜੇ ਨਾ ਜੀ ਤੁਸੀਂ ਸਾਰੇ ਜਿੰਨੇ ਵੀ ਐਮਐਲਏ ਨੇ ਕਿਸੇ ਐਮਐਲਏ ਕੋ 16 ਕਿਸੇ ਮੰਤਰੀ ਕੋ 32 ਨੇ ਗਾ ਹੋਰਾਂ ਕੋ ਵੀ ਆ ਤੇ ਤੁਸੀਂ ਤੇ ਸਿਕਿਉਰਿਟੀ ਲੈ ਕੇ ਟੀਚਰਿੰਗ ਕਰਦੇ ਰਹੇ ਲੋਕਾਂ ਨੂੰ ਕਿ ਜੇ ਸਿਕਿਉਰਿਟੀ ਜ਼ਰੂਰ ਤਾਂ ਦੇ ਮੁਰਗੀਆਂ ਪਾਲ ਲਓ ਹੁਣ ਤੁਸੀਂ ਕਿਉਂ ਮੁਰਗੀਆਂ ਪਾਲੋ ਤੁਸੀਂ ਵੀ ਛੱਡ ਕੇ ਵਿਧਾਇਕੀਆਂ ਮੰਤਰੀਪੁਰਨਾ ਛੱਡ ਕੇ ਛੱਡੋ ਹੁਣ ਦੇਖੋ ਇੱਕ ਤੇ ਇਹਨਾਂ ਕੋ ਸਿਕਿਉਰਿਟੀ ਮੋਲ ਜਦੋਂ ਦੇਣੀ ਪੈਗੀ ਨਾ ਤੇ ਸਾਰੇ ਕਹਿੰਦੇ ਸਾਨੂੰ ਸਿਕਿਉਰਿਟੀ ਫਿਰ ਸਾਰੇ ਕਹਿੰਦੇ ਸਸੀ ਬਿਲਕੁਲ ਠੀਕ ਹੈ ਪੁਲਿਸ ਦਾ ਕੀ ਕੰਮ ਹੁੰਦਾ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਇੰਡੀਆ ਦੇ ਵਿੱਚ ਕੀ ਹੋ ਗਿਆ ਵਾ ਕਿ ਪੋਲਿਟਿਸ਼ਨਾਂ ਦੀ ਜਾਣ ਮਾਲ ਦੀ ਰਾਖੀ ਦੀ ਜ਼ਰੂਰਤ ਆ ਆਮ ਜਨਤਾ ਦੀ ਜ਼ਰੂਰਤ ਨਹੀਂ ਆ ਹੁਣ ਸਵਾਲ ਹੈ ਕਿ ਬਠਿੰਡੇ ਮਾਲ ਰੋਡ ਇੱਕ ਕੁਲਚੇ ਛੋਲੇ ਦੀ ਦੁਕਾਨ ਕਰਨ ਵਾਲਾ ਤੇ ਬਠਿੰਡਾ ਮਾਰਕੀਟ ਐਸੋਸੀਏਸ਼ਨ ਦਾ ਪ੍ਰਧਾਨ ਉਹਦਾ ਸ਼ਰੀਆਮ ਉਹਦੇ ਨਾਲ ਐਡਾ ਵੱਡਾ ਕਾਰਾ ਹੋ ਜਾਂਦਾ ਹੈਗਾ ਹੁਣ ਪੁਲਿਸ ਕੀ ਕਰਦੀ ਕਿਉਂਕਿ ਪ੍ਰੈਸ਼ਰ ਪੈ ਗਿਆ ਵਿਰੋਧੀਆਂ ਨੇ ਨਿਸ਼ਾਨੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਐਸਐਸਪੀ ਚੁੱਪ ਬਟਿੰਡਾ ਰੇਂਜ ਦਾ ਆਈਜੀ ਚੁੱਪ ਸੂਬੇ ਦੇ ਮੰਤਰੀ ਚੁੱਪ ਸੂਬੇ ਦਾ ਗ੍ਰਹਿ ਮੰਤਰੀ ਚੁੱਪ ਹੁਣ ਕੀ ਆਕੇ ਜੀ 2 ਲੱਖ ਰੁਪਏ ਦਾ ਨਾਮ ਦਿੱਤਾ ਜਾਊਗਾ ਜੀ ਤੁਹਾਡੇ ਕੋ ਬੰਦੇ ਨਹੀਂ ਫੜੇਗੇ ਫਿਰ ਹੁਣ ਉਥੇ ਬਲਕੌਰ ਸਿੰਘ ਸਿੱਧੂ ਸਾਹਿਬ ਚੱਲ ਗਏ ਕਿਉਂਕਿ ਉਹ ਤੇ ਆਪ ਪੀੜਤ ਨੇ ਕਰੀਬ 1.5 ਸਾਲ ਉੱਚਲੇ ਉਹਨਾਂ ਨੂੰ ਤੇਲੇ ਤੱਕ ਆਪ ਇਨਸਾਫ ਨਹੀਂ ਮਿਲਿਆ ਉਹਦੇ ਚਾਚੇ ਨੇ ਜਿਹੜੇ ਉਹਨਾਂ ਨੇ ਆਪ ਸਟੇਟਮੈਂਟ ਦਿੱਤੀ ਆ ਕਿ ਇੱਥੇ ਤੇ ਚੂਵੇ ਬਿੱਲੀਆਂ ਕਾਂਵਾ ਵਾਂਗੂ ਲੋਕ ਮਾਰੇ ਜਾ ਰਹੇ ਨੇ ਸਰਕਾਰ ਚੁੱਪ ਆ ਸਰਕਾਰ ਦੂਜੇ ਕੰਮਾਂ ਦੇ ਵਿੱਚ ਬੀਜੀ ਆ ਜਦੋਂ ਤੁਸੀਂ ਪੰਜਾਬ ਵੱਲ ਧਿਆਨ ਨਹੀਂ ਦੇਵੋਗੇ ਜਦੋਂ ਤੁਸੀਂ ਹੋਰਾਂ ਵੱਲ ਧਿਆਨ ਦੇਵੋਗੇ ਤੁਹਾਡੀ ਪ੍ਰਾਇੋਰਟੀ ਕੋਈ ਹੋਰ ਹੋਗੀ ਤੇ ਤੁਹਾਨੂੰ ਇਹੋ ਜਿਹੇ ਤਾਨੇ ਮੀਨੇ ਵਿਰੋਧੀਆਂ ਦੇ ਸੁਣਨੇ ਪੈਣਗੇ ਹੁਣ ਬਠਿੰਡੇ ਹਲੇ 24 ਘੰਟੇ ਨਹੀਂ ਹੋਏ ਸੀ ਦਿਨ ਚੜ੍ਹਦੇ ਆ ਬਟਾਲੇ ਦੇ ਪਿੰਡ ਚ ਘਟਨਾ ਹੋ ਗਈ ਉਹ ਵੀ ਅਪਾ ਵਪਾਰੀ ਕਹ ਲੋ ਜਾਂ ਕਾਰੋਬਾਰੀ ਕਹ ਲੋ ਇੱਕ ਕਾਰੋਬਾਰੀ ਹੈ ਜਿਹੜਾ ਬੰਦਾ ਟ੍ਰੈਵਲ ਏਜੰਟ ਦਾ ਕੰਮ ਕਰਦਾ ਉਹਦੀ ਦੁਕਾਨ ਤੇ ਸ਼ਟਰ ਬੰਦ ਉਹਦਾ ਮਤਲਬ ਕੀ ਆ ਜਾਇਓ ਦੀ ਜਾਨ ਬਚ ਗਈ ਲੇਕਿਨ ਉਹਦਾ ਮਕਸਦ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਮਕਸਦ ਤੇ ਸਾਫ ਹੀ ਆ ਕਿ ਅੱਜ ਤੇ ਤੈਨੂੰ ਬਖਸ਼ਤਾ ਅਗਲੀ ਵਾਰ ਨਹੀਂ ਬਖਸ਼ਾਂਗੇ ਇਹ ਸਾਡਾ ਇਸ਼ਾਰਾ ਸਮਝ ਲਓ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਡਰਾਵੇ ਧਮਕਾਵੇ ਦਿੱਤੇ ਜਾ ਰਹੇ ਨੇ ਐਕਸਟਰਸ਼ਨ ਮਨੀ ਮੰਗੀਆਂ ਜਾ ਰਹੀਆਂ ਦਾ ਮਤਲਬ ਹੈ ਕਿ ਕਾਨੂੰਨ ਵਿਵਸਥਾ ਵਿਗੜੀ ਉਹਦੇ ਉਹਦੇ ਬਲਕੌਰ ਸਿੰਘ ਦੇ ਭਰਾ ਜਿਹੜੇ ਛੋਟੇ ਜਾਂ ਸਿੱਧੂ ਮੂਸੇਵਾਲਾ ਚਾਚਾ ਕਹਿੰਦੇ ਕਿ ਜਦ ਜੇਲ੍ਹਾਂ ਟ੍ਰੇਨਿੰਗ ਸੈਂਟਰ ਬਣ ਗਈਆਂ ਤੇ ਫਿਰ ਲੋਕਾਂ ਨੇ ਜਿਹੜੇ ਬਾਹਰ ਨੇ ਸਾਡੇ ਵਰਗੇ ਲੋਕ ਰਹਿੰਦੇ ਉਹਨਾਂ ਵਾਸਤੇ ਚੂਹੇ ਬਿੱਲੀਆਂ ਹੀ ਆ ਤੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਕਟੂਗੜ ਪੁਲਿਸ ਨੂੰ ਹੁਣ ਅੱਜ ਡੀਜੀਪੀ ਸਾਹਿਬ ਦੀ ਕੋਈ ਸਟੇਟਮੈਂਟ ਨਹੀਂ ਆਈ ਅੱਜ ਰਾਣੀ ਦੀ ਗੱਲ ਹੈ ਕਿ ਜਦੋਂ ਕਿਤੇ ਖੇਪ ਛੋਟੀ ਮੋਟੀ ਫੜੀ ਜਾਵੇ ਤੇ ਇੱਕ ਬਕਾਇਦਾ ਪ੍ਰੈਸ ਕਾਨਫਰੰਸ ਹਫਤੇਵਾਰੀ ਹੁੰਦੀ ਹੈ ਡੀਜੀਪੀ ਖੁਦ ਐਕਸ ਦੇ ਉੱਤੇ ਆਪਣੇ ਹੈਂਡਲ ਦੇ ਉੱਤੇ ਟਵੀਟ ਵੀ ਕਰਦੇ ਆ ਪੂਰੀ ਪੋਸਟ ਲਿਖਦੇ ਆ ਬਣਾ ਕੇ ਕਿ ਸਾਡੀ ਸਫਲਤਾ ਅੱਜ ਆ ਸਫਲਤਾ ਦੇ ਉੱਤੇ ਕੁਝ ਨਹੀਂ ਬੋਲਿਆ ਕੋਈ ਨੇ ਬੋਲਣ ਕਿਹੜੇ ਮੂੰਹ ਦੇ ਨਾਲ ਨਾ ਕਿਉਂਕਿ 24 ਘੰਟਿਆਂ ਦੇ ਵੱਡੀਆਂ ਦੋ ਵਾਰਸ ਦਸਤਾ ਹੋ ਗਈਆਂ ਇੱਕ 'ਚ ਜਾਨ ਚਲੀ ਗਈ ਇੱਕ 'ਚ ਸ਼ੁਕਰ ਜਾਨ ਬਚ ਗਈ ਪਰ ਜਿਹੜੇ ਜਾਨ ਉਹਨ ਟਾਰਗੇਟ ਕਰਕੇ ਗਿਆ ਨਾ ਉਹ ਨੂੰ ਪੁਲਿਸ ਨੂੰ ਵੀ ਪਤਾ ਡੀਜੀਪੀ ਸਾਹਿਬ ਨੂੰ ਵੀ ਪਤਾ ਬਟਾਲੇ ਦੇ ਐਸਐਸਪੀ ਨੂੰ ਵੀ ਪਤਾ ਲੇਕਿਨ ਪ੍ਰੋਬਲਮ ਹੈ ਕਿ ਨਹੀਂ ਇਸ ਮਸਲੇ ਚ ਹੰਡੀ ਪੁਲਿਸ ਜਾਂ ਡੀਜੀਪੀ ਜਾਂ ਇਲਾਕੇ ਦੇ ਐਸਐਸਪੀ ਉਹ ਸਾਰੇ ਚੁੱਪ ਨੇ ਹੁਣ ਸਵਾਲ ਇਹ ਕਿ ਕਾਨੂੰਨ ਵਿਵਸਥਾ ਕਹਿਣਗੇ ਕਿ ਠੀਕ ਹੈ ਤੋ ਅੰਕੜੇ ਤੁਸੀਂ ਜੋ ਮਰਜ਼ੀ ਕਰੋ ਪਿੱਛੇ ਦੇ ਕਹ ਰਹੇ ਇਹ ਵੱਡੀਆਂ ਮੱਛੀਆਂ ਫੜੀਆਂ ਕਿਸੇ ਨੇ ਕੁਲਦੀਪ ਸਿੰਘ ਖੈਰ ਆ ਆਰਟੀ ਐਕਟਿਵਿਸਟ ਆ ਉਹ ਕਹਿੰਦੇ ਮੈਨੂੰ ਜਾਣਕਾਰੀ ਦੇ ਦਿਓ ਜੇ ਤੁਸੀਂ ਵੱਡੀਆਂ ਮੱਛੀਆਂ ਫੜੀਆਂ ਨੇ ਤੇ ਤੁਸੀਂ ਜਾਣਕਾਰੀ ਕਿਉਂ ਨਹੀਂ ਦਿੰਦੇ ਇਹਦਾ ਮਤਲਬ ਫਰਜੀ ਅੰਕੜੇ ਨੇ ਅੱਜ 1000 ਫੜਲੇ 2000 ਫੜਲੇ 3000 ਫੜਲੇ ਪਿੱਛੇ ਜੇ ਜਦੋਂ ਕੈਪਟਨ ਮਿਰਿੰਦਰ ਸਿੰਘ ਸਰਕਾਰ ਸੀ ਜਿਹੀ 56000 ਨਸ਼ੇ ਦੇ ਤਸਕਰ ਫੜੇ ਉਹ ਪਈ ਐਡੀ ਤੇ ਪੰਜਾਬ ਦੀਆਂ ਜੇਲਾਂ ਦੀ ਕੈਪੈਸਿਟੀ ਨਹੀਂ ਹੈਗੀ ਜਿੰਨੀ ਤੁਸੀਂ ਦਿਖਾਵੇ ਦੱਸ ਦਿੱਤਾ ਹੈਗਾ ਨਾ ਤੇ ਉਵੇਂ ਹੀ ਹੋ ਰਿਹਾ ਜਿਹੜੇ ਅੰਕੜੇ ਹਮੇਸ਼ਾ ਝੂਠ ਬੋਲਦੇ ਨੇ ਅੰਕੜਿਆਂ ਦੀ ਖੇਡ ਦੇ ਵਿੱਚ ਨਾ ਜੀ ਜਦੋਂ ਅੰਕੜਿਆਂ ਦੇ ਵਿੱਚ ਕਹਿੰਦੇ ਜੀ ਪਰ ਕੈਪੀਟਿਵ ਇਨਕਮ ਜੀ ਹਰਿਆਣਾ ਇੱਡਾ ਵੱਧ ਗਿਆ ਪੰਜਾਬ ਪਿੱਛੇ ਰਹਿ ਗਿਆ ਇੱਕ ਦੀ 10 ਲੱਖ ਰੁਪਈਆ ਇਨਕਮ ਇੱਕ ਦੀ ਵਿਚਾਰੇ ਦੀ 10 ਰੁਪਏ ਤੇ ਉਹਨੂੰ ਤੁਸੀਂ ਐਵਰੇਜ ਕੱਢ ਕੇ ਕਹਿ ਲੋਗੇ ਬਹੁਤ ਸੂਬੇ ਖੁਸ਼ਹਾਲ ਇਹ ਅੰਕੜਿਆਂ ਦਾ ਜਿਹੜਾ ਜਾਦੂ ਇਸ ਸ਼ਰੀਅਮ ਧੋਖਾ ਹੁੰਦਾ ਧੱਕਾ ਹੁੰਦਾ